ਸਲਾਮ ਅਲੈਕੁਮ ਕੀ ਹਾਲ ਬਾਈ ਕਿਦਾਂ ਸਾਰੇ ਵੀਰ ਭਰਾ ਹੋਰ ਸੁਣਾ ਸਿਹਤਾਂ ਦੇ ਵਿੱਚ ਠੀਕ ਨੇ ਉਮੀਦ ਕਰਦੇ ਕਿ ਭਾਈ ਜੀ ਤੁਸੀਂ ਸਾਰੇ ਖਰੀਦ ਨਾਲ ਹੋਗੇ ਅਤੇ ਅਗਰ ਜੇ ਕੋਈ ਸਾਡਾ ਵੀਰ ਭਰਾ ਕਿਸੇ ਮੁਸੀਬਤ 'ਚ ਕਿਸੇ ਪਰੇਸ਼ਾਨੀ 'ਚ ਕਿਸੇ ਬਿਮਾਰੀ 'ਚ ਮੁਬਤਲਾ ਹੈ ਅਸੀਂ ਆਪਣੇ ਰੱਬ ਤਾਲਾ ਕੇ ਦੁਆ ਕਰਦੇ ਕਿ ਅੱਲਾ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਔਰ ਅੱਲਾ ਤਾਲਾ ਤਮਾਮ ਪਰਦੇਸੀ ਵੀਰਾਂ ਵਾਸਤੇ ਵੀ ਆਸਾਨੀਆਂ ਪੈਦਾ ਕਰੇ। ਲਓ ਜੀ ਅਲਹਮਦੁਲਿਲਾ ਜੀ ਕੰਮ 'ਤੇ ਆ ਗਏ ਹਾਂ ਅਤੇ ਸੀਨ ਭਾਈ ਜੀ ਇਹ ਹੋ ਗਿਆ ਕਿ ਕੱਲ੍ਹ ਜੁਮਾ ਸੀ ਅਤੇ ਕੱਲ੍ਹ ਉਹਨਾਂ ਨੇ ਆਖਿਆ ਕਿ ਸਿਲੰਡਰ ਹੈ ਜਿਹੜਾ ਚੱਕ ਚਲੀਏ ਕਿਉਂਕਿ ਬਿਲਡਿੰਗ ਨਹੀਂ ਹੈਗੀ ਕਮਰੇ ਸ਼ਮਰੇ ਨਹੀਂ ਹੈਗੇ ਅੱਗੇ ਤਾਂ ਪਿੱਛੇ ਬਿਲਡਿੰਗ ਸੀ ਕਮਰੇ ਸੀ ਅਤੇ ਹਨੇਰੇ ਵਾਲੇ ਕਮਰੇ 'ਚ ਬਾਈ ਜੀ ਰੱਖ ਆਈਦਾ ਸੀ ਸਿਲੰਡਰ ਅਤੇ ਹੁਣ ਬਾਈ ਦੁਕਾਨਾਂ 'ਤੇ ਦੁਕਾਨਾਂ ਵੀ ਆ ਓਪਨ ਅਤੇ ਸਿਲੰਡਰ ਜਿਵੇਂ ਕਿ ਅੱਗੇ ਗੱਲ ਸ਼ੇਅਰ ਕੀਤੀ ਹੋਈ ਕਿ ਚੱਕਿਆ ਗਿਆ ਸੀ ਇਸ ਕਰਕੇ ਬਾਈ ਡਰਦੇ ਸੀ ਸਿਲੰਡਰ ਚੱਕ ਕੇ ਲੈ ਗਏ ਅਤੇ ਸੁਬਹਾ ਸੁਬਹਾ ਬੰਦੇ ਹਰ ਕਿਸੇ ਨੂੰ ਪਈ ਹੁੰਦੀ ਹੈ ਸੁਸਤੀ ਹਰ ਬੰਦਾ ਆ ਕੇ ਉਹਦੀ ਕੋਸ਼ਿਸ਼ ਹੁੰਦੀ ਕਿ ਮੈਂ ਗੱਡੀ 'ਚ ਜਾ ਕੇ ਸੌਵਾਂ ਬਸ ਲਾਲਾ ਜਾਗਦਾ ਹੁੰਦਾ ਜਿਹੜਾ ਗੱਡੀ ਚਲਾਉਂਦਾ ਬਸ ਬਾਕੀ ਸਾਰੇ ਸੁੱਤੇ ਕੋਈ ਅੱਧੇ ਸੁੱਤੇ ਕੋਈ ਪੂਰੇ ਸੁੱਤੇ ਆਉਂਦੇ ਨੇ ਅਤੇ ਸਿਲੰਡਰ ਦਾ ਬਾਈ ਜੀ ਕਿਸੇ ਨੂੰ ਵੀ ਚੇਤਾ ਨਹੀਂ ਆਇਆ ਅਤੇ ਹੁਣ ਲਾਲਾ ਨੇ ਸੁਬਹ ਸੁਬਹ ਨਾਸ਼ਤਾ ਬਣਾਉਣਾ ਸੀ ਅੱਜ ਨਾਸ਼ਤਾ ਕੋਈ ਨਹੀਂ ਬਣਾਇਆ ਅਤੇ ਅੱਲਾ ਖੈਰ ਕਰੇ ਉੱਤੋਂ ਬਾਈ ਜੀ ਕੋਲੇ ਕੋਈ ਹੋਟਲ ਵੀ ਨਹੀਂ ਹੈਗਾ ਜਿੱਥੋਂ ਨਾਸ਼ਤਾ ਵਗੈਰਾ ਮਿਲ ਜਾਏਗਾ ਇਹ ਇੱਕ ਹੋਟਲ ਹੈਗਾ ਲੇਕਿਨ ਇੱਥੋਂ ਤਾਂ ਸਿਰਫ ਚਾਵਲ ਵਗੈਰਾ ਮਿਲਦੇ ਨੇ ਨਾਸ਼ਤਾ ਨਹੀਂ ਲਾਉਂਦੇ ਯਾਨੀ ਕਿ ਰੋਟੀ ਛੋਟੀ ਨਹੀਂ ਮਿਲਦੀ ਅਤੇ ਸੁਬਹ ਸੁਬਹ ਚਾਵਲਾਂ ਨੂੰ ਕਿੱਥੇ ਬਾਈ ਜੀ ਦਿਲ ਕਰਨਾ ਲੇਕਿਨ ਲਾਲਾ ਹੁਣ ਉਸੇ ਹੋਟਲ 'ਤੇ ਗਿਆ ਦੇਖੋ ਉੱਥੇ ਕੀ ਮਿਲਦਾ ਜਾਂ ਕੀ ਨਹੀਂ ਕੀ ਕਰਨਾ ਪੈਂਦਾ ਅਤੇ ਸਿਲੰਡਰ ਦਾ ਬਾਈ ਜੀ ਚੇਤਾ ਭੁੱਲ ਗਿਆ ਇਨਸ਼ਾਅੱਲਾ ਸੁਬਹਾ ਫਿਰ ਲਾਜ਼ਮੀ ਲੈ ਕੇ ਆਵਾਂਗੇ ਯਾਦ ਨਾਲ ਬਾਈ ਜੀ ਅਲਹਮਦੁਲਿਲਾ ਨਾਸ਼ਤਾ ਤਾਂ ਲਾਗੂ ਹੀ ਲੱਭ ਗਿਆ ਅਤੇ ਮਲੇਰ ਪਈ ਜਾਂਦਾ ਜੀ ਅੱਜ ਚਾਹ ਕਿਉਂਕਿ ਸਿਲੰਡਰ ਨਹੀਂ ਅਤੇ ਸੁਬਹਾ ਇਨਸ਼ਾਅੱਲਾ ਆਵੇਗਾ ਅਤੇ ਅੱਜ ਪੱਕਦੀ ਪਈ ਹੈ ਜੀ ਅੱਗ 'ਤੇ ਚਾਹ। ਲਓ ਬਾਈ ਜੀ ਅਲਹਮਦੁਲਿਲਾ ਕੰਮ 'ਤੇ ਲੱਗੇ ਅਸੀਂ ਅਤੇ ਮਹਿਮਾਨ ਆ ਗਿਆ ਬਾਈ ਜੀ ਅਤੇ ਮਹਿਮਾਨ ਹੁੰਦੇ ਨੇ ਰੱਬ ਦੀ ਰਹਿਮਤ ਜੀ ਅਤੇ ਬਾਈ ਜੀ ਉਹਨਾਂ ਵਾਸਤੇ ਚੱਲੇ ਹਾਂ ਪੈਪਸੀ ਪੁਪਸੀ ਲੈਣ ਅਤੇ ਬਾਈ ਜੀ ਸਾਨੂੰ ਵੀ ਉਦੋਂ ਹੀ ਲੱਭਦੀ ਜਦੋਂ ਕੋਈ ਮਹਿਮਾਨ ਆ ਜਾਵੇ ਅਤੇ ਮੈਂ ਮਲਵੇ ਨੂੰ ਆਖਿਆ ਦਵਾ ਦਾ ਪੈਸੇ ਦੇ ਕਿਤੇ ਬੰਦੇ ਮੁੱਕਰ ਨਾ ਜਾਣ ਕੇ ਪੈਪਸੀ ਰਹਿਣ ਦੇ ਅਤੇ ਹੁਣ ਪੈਪਸੀ ਲੈ ਕੇ ਆਉਂਦੇ ਹਾਂ। ਰੋਡ ਹੈ ਬਾਈ ਜੀ ਸਿੰਗਲ ਅਤੇ ਪੂਰੀ ਅਹਤਿਆਤ ਨਾਲ ਗੁਜ਼ਰਨਾ ਪੈਂਦਾ ਕਿਉਂਕਿ ਗੱਡੀ ਦਾ ਕੋਈ ਪਤਾ ਨਹੀਂ ਲੱਗਦਾ ਉੱਧਰੋਂ ਵੀ ਆ ਜਾਂਦੀ ਹੈ ਉੱਧਰੋਂ ਵੀ ਕਿਉਂਕਿ ਰੋਡ ਸਿੰਗਲ ਹੈ ਜੀ। ਦੂਸਰੀ ਗੱਲ ਬਾਈ ਜੀ ਇਹ ਸਾਨੂੰ ਜਦੋਂ ਕੰਮ ਅਸੀਂ ਕਰਨਾ ਹੋਵੇ ਅਗਰ ਨਾਲ ਕੋਈ ਮਸਜਿਦ ਹੈ ਬਕਾਲਾ ਹੈ ਤਾਂ ਬਾਈ ਜੀ ਸਾਨੂੰ ਉਹਦੀ ਬੜੀ ਸਹੂਲਤ ਹੁੰਦੀ ਹੈ ਔਰ ਅਸੀਂ ਦੁਆ ਕਰੀ ਦੀਏ ਕਿ ਯਾ ਅੱਲਾ ਸਾਨੂੰ ਕੰਮ ਉੱਥੇ ਮਿਲੇ ਕਿ ਜਿੱਥੇ ਬਾਈ ਜੀ ਮਸਜਿਦ ਹੋਵੇ ਨਾਲ ਕਿਉਂਕਿ ਵਾਸ਼ਰੂਮ ਵਗੈਰਾ ਜਾਣਾ ਹੁੰਦਾ ਬਾਈ ਜੀ ਇਸ ਕਰਕੇ ਅਤੇ ਦੂਸਰਾ ਦੁਕਾਨ ਕਰੀਬ ਹੋਵੇ ਕਿਉਂਕਿ ਕੋਈ ਨਾ ਕੋਈ ਸ਼ੈ ਫਿਰ ਲੈਣੀ ਲੂਣੀ ਪੈਂਦੀ ਹੈ ਇਸ ਕਰਕੇ ਬਾਈ ਜੀ ਅਸੀਂ ਦੁਆ ਕਰੀ ਦੀਏ ਕਿ ਯਾ ਅੱਲਾ ਸਾਨੂੰ ਕੰਮ ਉੱਥੇ ਦੇ ਜਿੱਥੇ ਇਹ ਚੀਜ਼ਾਂ ਕਰੀਬ ਹੋਣ ਜੀ ਅਤੇ ਅਲਹਮਦੁਲਿਲਾ ਇੱਥੇ ਮੱਤਾ ਵੀ ਕਰੀਬ ਹੈ ਔਰ ਦੁਕਾਨ ਵੀ ਕਰੀਬ ਹੀ ਹੈ ਅਤੇ ਬੜੀ ਮੌਜ ਹੈ ਮਸਜਿਦ ਵੀ ਕਰੀਬ ਹੈ ਕਿਸੇ ਨੇ ਨਮਾਜ਼ ਪੜ੍ਹਨੀ ਹੈ ਜੀ ਅਤੇ ਬੜੀ ਸਹੂਲਤ ਹੋ ਜਾਂਦੀ ਹੈ ਬਾਈ ਜੀ ਇਹਦੀ। ਲਓ ਬਾਈ ਜੀ ਪ੍ਰਦੇਸ਼ ਕਹਿੰਦਾ ਕਿ ਤੁਹਾਡੀ ਹਰ ਸ਼ਾਮ ਹੈ ਜਿਹੜੀ ਉਹ ਜ਼ਿਲਤ 'ਚ ਹੀ ਗੁਜ਼ਰਨੀ ਹੈ ਕਦੀ ਬਾਈ ਜੀ ਅਸੀਂ ਕੰਮ 'ਤੇ ਲੇਟ ਹੋ ਜਾਈਦਾ ਅਤੇ ਕਦੀ ਕੋਈ ਹੋਰ ਨਾ ਹੋਰ ਕੋਈ ਮੁਸੀਬਤ ਬਣ ਜਾਂਦੀ ਅੱਜ ਬਾਈ ਜੀ ਅਸੀਂ ਕੰਮ ਤੋਂ ਟਾਈਮ ਨਾਲ ਫ੍ਰੀ ਹੋਏ ਹਾਂ ਕਾਫੀ ਦੇਰ ਦੇ ਅਤੇ ਮੁਸੀਬਤ ਬਣੀ ਪਈ ਹੈ ਬਾਈ ਜੀ ਲਾਈਟ ਖਰਾਬ ਹੋਈ ਹੈ ਪਾਣੀ ਵੀ ਨਹੀਂ ਲਗਾ ਸਕੇ ਕੰਮ ਨੂੰ ਪਾਣੀ ਲਗਾਉਣਾ ਵੀ ਜ਼ਰੂਰੀ ਹੈ ਔਰ ਬਾਈ ਜੀ ਅਗਰ ਅਸੀਂ ਲਾਈਟ ਹੁਣ ਠੀਕ ਕਰਕੇ ਨਹੀਂ ਜਾਂਦੇ ਤਾਂ ਸੁਬਹ ਆ ਕੇ ਠੀਕ ਕਰਾਂਗੇ ਤਾਂ ਫਿਰ ਕੰਮ ਕਿਹੜੇ ਟਾਈਮ ਕਰਾਂਗੇ ਉਹ ਲਾਲੇ ਹੋਣਾਂ ਦੀ ਕੋਸ਼ਿਸ਼ ਹੈ ਕਿ ਲਾਈਟ ਬਾਈ ਜੀ ਹੁਣ ਸਹੀ ਕਰਕੇ ਜਾਈਏ ਤਾਂ ਕਿ ਸੁਬਹ ਫਸਟ ਟਾਈਮ ਥੋੜ੍ਹਾ ਜਿਹਾ ਜਲਦੀ ਆਉਣਾ ਕਿਉਂਕਿ ਕੰਮ ਆ ਗਿਆ ਜੀ ਬਾਹਰੋਂ ਅਤੇ ਕੋਸ਼ਿਸ਼ ਕਰਨੀ ਹੈ ਕਿ ਸੁਬਹ ਦਾ ਥੋੜ੍ਹਾ ਜਿਹਾ ਜਲਦੀ ਆਈਏ ਅਤੇ ਲਾਈਟ ਹੋਏਗੀ ਤਾਂ ਇਨਸ਼ਾਅੱਲਾ ਫਿਰ ਕੰਮ ਹੈ ਜਿਹੜਾ ਬਾਈ ਜੀ ਉਹ ਆਉਂਦੇ ਹੀ ਚੱਲ ਜਾਣਾ ਅਤੇ ਅੱਜ ਸਾਨੂੰ ਫਸਾ ਲਿਆ ਬਾਈ ਜੀ ਲਾਈਟ ਨੇ ਲਾਈਟ ਲਈ ਹੈ ਦੁਕਾਨਾਂ ਨਵੀਆਂ ਬਣ ਰਹੀਆਂ ਨੇ ਲਾਈਟ ਲਈ ਹੈ ਬਾਈ ਜੀ ਇੱਧਰੋਂ ਉਹ ਖੰਭੇ ਤੋਂ ਅਤੇ ਰੋਡ ਤੋਂ ਤਾਰ ਕ੍ਰਾਸ ਕਰਕੇ ਆਉਂਦੀ ਸੀ ਐਨੂੰ ਅਤੇ ਉਹ ਬਾਈ ਜੀ ਗੱਡੀਆਂ ਉੱਪਰੋਂ ਦੀ ਗੁਜ਼ਰ ਗੁਜ਼ਰ ਕੇ ਗੁਜ਼ਰ ਗੁਜ਼ਰ ਕੇ ਗੁਜ਼ਰ ਗੁਜ਼ਰ ਕੇ ਤਾਰ ਹੈ ਜਿਹੜੀ ਬਾਈ ਜੀ ਉਹਦਾ ਹੋ ਜਾਂਦਾ ਸੱਤਿਆਨਾਸ਼ ਆਏ ਦਿਨ ਤਾਰ ਸੜ ਜਾਂਦੀ ਆਏ ਦਿਨ ਤਾਰ ਸੜ ਜਾਂਦੀ ਹੈ ਤਿੰਨ ਚਾਰ ਦਫਾ ਬਾਈ ਜੀ ਤਿੰਨ ਚਾਰ ਦਿਨ ਹੋ ਗਏ ਨੇ ਸਾਨੂੰ ਆਇਆਂ ਨੂੰ ਅਤੇ ਡੇਲੀ ਤਾਰ ਖਰਾਬ ਹੋ ਜਾਂਦੀ ਹੈ ਡੇਲੀ ਅਤੇ ਅੱਜ ਬਾਈ ਜੀ ਇੱਧਰੋਂ ਤਾਰ ਖਤਮ ਕਰਤੀ ਹੈ ਕਨੈਕਸ਼ਨ ਪੱਕਾ ਪੱਕਾ ਹੀ ਅਤੇ ਅੱਜ ਬਾਈ ਜੀ ਉਹ ਜਿੱਦਾਂ ਲਾਈਟ ਬਲਦੀ ਪਈ ਹੈ ਨਾ ਇਹ ਉੱਧਰ ਉੱਧਰੋਂ ਬਾਈ ਜੀ ਲਈ ਹੈ ਬੱਤੀ ਅੱਜ ਅਤੇ ਤਾਂ ਕਿ ਬਾਈ ਜੀ ਇੱਧਰ ਰੋਡ ਹੈ ਜਿਹੜਾ ਕ੍ਰਾਸ ਨਾ ਕਰਨਾ ਪਵੇ ਔਰ ਗੱਡੀਆਂ ਜਿਹੜੀ ਗੁਜ਼ਰ ਗੁਜ਼ਰ ਕੇ ਤਾਰ ਖਰਾਬ ਹੁੰਦੀ ਹੈ ਉਹ ਤਾਰ ਹੈ ਜਿਹੜੀ ਬਾਈ ਜੀ ਉਹ ਨਾ ਖਰਾਬ ਹੋਵੇ ਇੱਧਰ ਜਨੇਦ ਵੀ ਅੱਜ ਸਾਡੇ ਨਾਲ ਹੀ ਖੱਜਲ ਹੋ ਰਿਹਾ ਜਨਾ ਜਨੇਦ ਆਇਆ ਮਜ਼ਾ ਕੀ ਲੈਣੇ ਆਏ ਥੇ ਆਪ ਹਮ ਲੇਟ ਹੋ ਗਏ ਆਪ ਆਪ ਕੀ ਲੈਣੇ ਆਏ ਥੇ ਕੁਛ ਨਹੀਂ ਮਜ਼ਾ ਆ ਰਿਹਾ ਅਬ ਲੇਟ ਕਰ ਜਾਓਗੇ ਤੁਮ ਅਬ ਲੇਟ ਕਰ ਜਾਓਗੇ 8 ਵਜੇ ਆਏਗੇ ਰਾਤ ਕੇ
अब लेट जाएंगे, अभी वो पानी लगाना है काम को, ये वो लाइट सीधी करनी है, सारा कुछ सीधा करना है, फिर जाना है, रात को लेट हो जाएंगे। अब 11 बजे जाएंगे, 11 बजे। लो भाई जी, 9 बजन वाले ने, तो रात का जो खाना है वो हले भाई जी खाना है, तो नहाते भी कोई नहीं हले, लेट हो गए भाई जी। लेट होने की वजह लाइट खराब हो गई सी उत्थे, तो कोशिश सी कि लाइट भाई जी सही करके जाइए, क्योंकि सुबह फर्स्ट टाइम आना है, तो आंदे ही काम है जोड़ा भाई जी चल जाए, लेकिन लेट भी हो गया काफ़ी सारा और लाइट भी नहीं सही हुई। तो अल्लाह खैर करे, सुबह हम इंशाल्लाह काम तो भी जल्दी जाना है, तो क्योंकि जाके लाइट वगैरह जी सही करनी है, मोटर चलानी है, पानी होएगा तो भाई जी साडा काम चलना है, नहीं तो काम नहीं चलना अगर पानी ना चलिया, मोटर ना चली। तो बाकी हम पट्ठी तो जाते पे हले रोटी लैन, तो जाके देखते हैं भाई जी क्रश हैगा या नहीं, जल्दी बारी आ जाती है या लेट आती है। भाई जी भट्ठी तो कोई भी नहीं है, क्योंकि भाई जी लेट हो गए हैं, तो वहाँ मैं जी भाई जी आपके रोटियां रुटियां लै के टाइम ना पार हो गई, क्योंकि अच्छे असं लेट हो गए भाई जी, 4 रोटियां अच्छ खाली है सारा जी, किमें अच्छ टाइम ने रोटियां रुटियां लै गई वहां। चलो जी